ਪਿਤਾ ਜੀ ਤੇ ਹੈਬਤ ਖਾਨ ਕਲਾਸ ਵੈਲੋ ਤੇ ਅੱਛਾ ਹੈਬਤ ਖਾਨ ਛੋਟਾ ਸੀ ਹੂੰ ਇਹ ਸੀ ਔਰ ਹੈ ਛੋਟਾ ਜਿਹਾ ਪਿਤਾ ਜੀ ਹੁਣਾਉਂਦੇ ਸਨ ਕਿ ਉਹ ਇੱਕ ਦਮ ਉਹ ਉਸਨੇ ਘਾਲ ਕੱਢ ਦਿੱਤੀ ਅੱਛਾ ਸਾਰੇ ਹਲਲ ਹੋ ਗਈ ਸਾਰੇ ਖਾਨੇਬਾਲ ਦੇ ਏਰੀਆ ਚ ਹਨ ਚ ਹਨ ਬਈ ਉਹ ਕਿਹ ਕੋਣ ਹੈ ਕੋਣ ਹੈ ਚੌਧਰੀ ਫਰੀਦ ਫਰੀਦ ਖਾਨ ਖਾਨ ਸਾਹਿਬ ਨੂੰ ਖਾਨ ਸਾਹਿਬ ਨੂੰ ਕੈਂ ਮਾਰਿਆ ਥੱਪੜ ਮਾਰੇ ਕੋਈ ਅਕਟਾ ਦਿੱਤਾ ਕੋਈ ਕਿ ਮੈਂ ਆਖਾਂ ਨਮਸਕਾਰ ਸਾਸਿਆ ਗੱਲ ਅਸਲਾਮੁਅਲੈਕੁਮ ਮੈਂ ਆਪਣੇ ਸ਼ਹਿਰੇ ਚ ਹਾਂ ਲੇਕਿਨ ਮੇਰੇ ਸ਼ਹਿਰ ਦੇ ਜਿਹੜੇ ਸ਼ਖਸ ਹਨ ਇਲਾਵਾ ਦੀ ਸਾਹਿਬ ਇਹ ਤੁਹਾਡੇ ਸ਼ਹਿਰ ਦੇ ਪੁਰਾਣੇ ਟਾਈਮ ਦੇ ਇਹਨਾਂ ਦੇ ਫਾਜ਼ਲ ਸਾਹਿਬ ਮਸ਼ਹੂਰ ਹੁੰਦੇ ਹਨ ਅੱਜ ਕੋਈ ਪਾਰਟੀਸ਼ਨ ਦੀ ਗੱਲਾਂ ਨਹੀਂ ਹੋ ਰਹੀਆਂ ਅੱਜ ਜਿਹੜੀ ਗੱਲਾਂ ਜਿਤਨੀ ਵੀ ਹੋਈਆਂ 47 ਤੋਂ ਪਹਿਲੇ ਦੀ ਖਾਨੇ ਵਾਲ ਦੀ 88 ਐਲ ਆਰ ਅਲਫ 88 ਅਲਫ 10 ਆਰ ਅਲਫ 88 अलिफ, 10 ਆਰ ਅਲਫ 88 अलिफ, 10 ਆਰ ਦੀ ਗੱਲਾਂ ਹੋ ਰਹੀਆਂ ਟਾਡੇ ਹੈਬਤ ਖਾਨ ਦਾਦੀ ਗੱਲ ਹੋ ਰਹੀ ਹੈ ਕਿਉਂਕਿ ਇਹਨਾਂ ਦੇ ਫਾਦਰ ਸਾਹਿਬ ਦੇ ਉਹ ਕਲਾਸਮੇਟ ਹਨ ਫਰੀਦ ਖਾਨ ਹੈਬਤ ਖਾਨ ਫਰੀਦ ਖਾਨ ਦੇ ਹੈਬਤ ਖਾਨ ਇਹਨਾਂ ਦੇ ਫਾਦਰ ਦੇ ਕਲਾਸਮੇਟ ਜਮਾਤੀ ਹੈਬਤ ਖਾਨ ਜਮਾਤੀ ਦਾ ਮੈਂ ਜਮਾਤੀ ਲਾਲੋ ਹਾਣੀ ਲਾਲੋ 10 ਸਾਲ ਕਲਾਸ ਵਲੋਂ ਦੋਸਤ ਲਾਲੋ ਉਹਨਾਂ ਨੇ ਆਨੰਦ ਨੰਦ ਨੂੰ ਪਹੁੰਚਾਇਆ ਸਹੀ ਸਲਾਮਤ ਇਹ ਸਾਰੀ ਗੱਲਾਂ ਉਸ ਟੌਪਿਕ ਤੇ ਹਨ ਜਿੰਨੀ ਆਪਣੇ ਪੁਰਾਣੇ ਇੰਟਰਵਿਊ ਸੀ ਵੰਨੇ ਆ ਕਿ ਕਿਵੇਂ ਚੱਲੇ ਕਿਵੇਂ ਨਾ ਚੱਲੇ ਉਸ ਤਰ੍ਹਾਂ ਦੀ ਗੱਲਾਂ ਦੀ ਬਜਾਏ ਅੱਜ ਇੰਨਾ ਸਾਰੇ ਉਸ ਤਰ੍ਹਾਂ ਦੇ ਮਾਹੌਲ ਦੀਆਂ ਗੱਲਾਂ ਕੀਤੀਆਂ ਨੇ ਹੁਣ ਤੁਸੀਂ ਵੇਖੋਗੇ ਇਸ ਐਪੀਸੋਡ ਵਿੱਚ RAM RAM JI RAM RAM ਆਪਣਾ ਨਾਂ ਦੱਸੋ ਪਹਿਲੇ ਪਰ ਸੁਵਾਰਥ ਲਾਲ ਐਲਾਵਾਦੀ ਤੁਹਾਡੇ ਪਿਤਾਈ ਦਾ ਨਾਂ ਚੌਧਰੀ ਦਾ ਨਾਂ RAM AYLAWADI ਕਿ ਕਿਤ ਕਿਤ ਉਧਰ ਆਉਣ ਵਾਲੇ ਹੋ ਚੱਕ 88 10 ਨਰ ਅਲੇ 88 10 ਨਰ ਅਲੇ 88 10 ਨਰ ਖਾਣੇ ਵਾਲ ਖਾਣੇ ਵਾਲ ਮਤਲਬ ਜਨਮ ਤੋਂ ਡਾ ਉਠਾਈਦਾ ਹਾਂ ਬਿਲਕੁਲ 88 10 ਨਰ 88 10 ਨਰ ਇਹ 88 ਕੱਚਾ ਖੂਈ ਆਇਓ ਉਹ ਅਗਲਾ ਸਾਡ ਨਾਲ ਅਡਜਾਇਨਿੰਗ ਜਿਹਾ ਸੀ ਨਾ ਉਹ ਸਾਡਾ 88 ਜੀ ਹਾਂ ਹਾਂ ਜਿੱਤੇ ਕਿ ਲਾਲਾ ਰਾਮ ਲਬਾਇਆ ਮਲਬੁਟਾਣੀ ਚੌਥਰਾਮ ਨਾਗਪਾਲ ਵਗੈਰਾ ਉਹ ਤੁਹਾਡੀ ਜਨਮ ਕਦੰਦ ਹੈ ਗੱਲ ਇਹ ਕਿ ਮੇਰੀ ਵਾਲਦਾ ਦੇ ਕਹਿੰਦੀ ਹੈ ਕਿ ਫੱਗਣ ਦੀ ਸੰਗਰਾਂਦ ਨੂੰ ਜਮਿਆ ਤੋਂ ਜੋ ਕਿ ਫਰਵਰੀ ਦੀ 14 ਮੰਤੀ ਹੈ ਮਗਰ ਲਿਖ ਲਿਖਿਆ ਲੈ ਕੇ ਗਿਆ 15 ਅਗਸਤ ਅੱਛਾ ਸਨ ਕਿਹੜਾ 35 ਇਹ 36 ਇਹ ਕੋਈ ਪਾਸੇ ਹਿਸਾਬ ਕਿਤਾਬ ਕੋਈ ਨਹੀਂ ਅੱਛਾ 1935 36 ਮਤਲਬ ਮਨੇ ਸੋ ਤਾਂ ਮਾਦੀ ਹਾਂ ਮਾਦੀ ਇਹ ਮਾ ਮਾਦੀ ਮੈਨੂੰ ਤਾਂ ਉਹ ਲੱਗਦੀ ਹੈ ਕਿ ਮਾਦੀ ਜਿਹੜੀ ਗੱਲ ਹੈ ਨਾ ਉਹ ਤਾਂ ਨਹੀਂ ਆ ਕਿਹਾ ਫੱਗਣ ਦੀ ਸੰਗਰਾਮ ਸਵੇਰੇ 5 ਵਜੇ ਦਾ ਵਕਤ ਤੁਝ ਮਿਆਂ ਉਹ ਤਾਂ ਫਿਰ 14 ਫਰਵਰੀ ਹੋ ਗਈ 14 ਫਰਵਰੀ ਲਿਖ ਆਇਆ ਹਣਾ ਅਸਲੀ ਆਊਗਾ ਹੋ ਗਈ ਹੈ ਅਸਲੀ ਆਊਗਾ ਹਾਂ ਮਾ 1936 ਬਾਬ ਜੀ ਕੀ ਕਰਦੇ ਹਨ 1936 ਹੋਇਆ ਮਤਲਬ 1936 35 36 ਕੋਈ ਪਤਾ ਨਹੀਂ ਸਾਫ ਦਾ ਠੀਕ ਹੈ ਤੁਹਾਡੇ ਬਾਬ ਜੀ ਕੀ ਕਰਦੇ ਹਨ ਨੰਬਰਦਾਰ ਥੇ گاؤں ਕੇ ਆ ਆਪਣਾ ਉਹਦੇ ਆਪਣੀ ਬਾਸ਼ਾ ਬੋਲਨੀ ਹੈ ਚੱਕ 88 ਤੇ ਨੰਬਰਦਾਰ ਹਨ ਚੱਕ 88 ਦੇ ਨੰਬਰ ਹਨ ਹਾਂ ਅਲਫਤਾਸੀ 10 ਆ ਰਹੇ ਨੇ ਨੰਬਰਦਾਰ ਹਨ ਅੱਛਾ ਤੇ ਆਪਣੀ ਜ਼ਮੀਨ ਉਥਾਈ ਆਈ ਜ਼ਮੀਨ ਅੱਗੋਂ ਬਾਗ ਆਈ ਅੱਛਾ ਬਾਗ ਆਈ ਔਰ ਕਮ ਸੇ ਕਮ 2 ਢਾਈ ਕਿਲੇ ਸੜਬਾ ਮਕਾਨ ਆਈ ਉਹ ਹੈ ਇਹ 88 ਤੇ ਅਲਫਤਾਸੀ 10 ਆ ਰਹੇ ਨੇ 2 ਢਾਈ ਕਿਲੇ ਮਕਾਨ ਆਈ ਮਕਾਨ ਆਈ ਚਾਰ ਦੇ ਵਾਰੀ ਬੜੀ 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 ਆਈ ਨਹੀਂ ਠੀਕ ਹੈ ਮਕਾਨ ਤਾਈ ਪਹੁੰਚਨੇ ਪਹਿਲੇ ਹਾਂ 883 आर एच ਗਾਂ ਵਿੱਚ ਜਿਹੜਾ ਜਿਹੜਾ ਰਸਤਾ ਵੰਦਾ ਇਹ ਕਿਹੜੇ ਪਾਸੂ ਆਂਦਾ ਹੈ ਖਾਣੇ ਵਾਲਾਲੇ ਪਾਸੂ ਆਂਦਾ ਹੈ ਇਹ ਲੈ ਕੇ ਆਪਣਾ ਸੜਕ ਤੇ ਜਿਹੜੀ ਸੀ ਉਹ ਆਪਣਾ ਆਂਦੀ ਸੀ ਰਜਵਾਏ ਦੇ ਨਾਲ ਨਾਲ ਫਿਰ ਆ ਜਾਂਦੀ ਸੀ ਆਪਣਾ ਕਿੰਨਾ ਸੀ ਰਾਬਟ ਨਾਲ ਸਾਡੇ ਨਾਲ ਲੱਗਦਾ ਸੀ ਰਾਬਟ ਸਾਹਿਬ ਦੇ 10 ਚੱਕਰ ਅੱਛਾ 10 ਚੱਕਰ ਉਹ 8675 87 ਇਹੜਾ 86 ਚੱਕ ਸੀ ਉਹ ਫੌਜੀਆਂ ਦਾ ਚੱਕ ਆਈ ਹੂੰ ਤੇ 87 ਚੱਕ ਉਹ ਵੀ ਅਜ ਤਾਂ ਰਾਬੜ ਸਾਹਿਬ ਦਾ ਹੀ ਮਤਲਬ ਉੱਥੇ ਅਸੀਂ ਜਾ ਕੇ ਪੜਦੇ ਸੀ ਜਿੱਥੋਂ ਆਪਣਾ ਕਿਨਾਂ ਸੀ ਉਹ ਉੱਤੇ ਆਪਣਾ ਰਾਬੜ ਸਾਹਿਬ ਦਾ ਚੱਕ ਸੀ ਨਾ 87 86 75 75 ਚ ਜਾ ਉੱਥੇ ਪੜਦੇ ਸੀ ਚਾਰ ਜਮਾਤਾਂ ਦਾ ਕਹਦਾ ਉੱਥੇ ਪੜਿਆ ਮਤਲਬ ਉਸ 75 ਚੱਕ ਕੇ ਜਾ ਕੇ ਹਾਂ 75 ਚੱਕ ਹੈ ਉਦੋਂ ਦੌੜਦਾ ਚੜਦਾ ਜਾਂਦੇ ਸੀ ਕਹਿ ਲਿਓ ਆਪਣਾ ਸਾਡਾ ਚੌਕੀਦਾਰ ਕਨਾਜ਼ੇ ਨਾਮਾ ਉਹ ਉਹ ਆਪਣਾ ਮੈਨੂੰ ਘੋੜੀ ਤੇ ਛੋੜ ਆਵਣਾ ਕਹਿ ਲਿਆ ਸਾ ਮੈਂ ਤਾਂ ਮੈਂ ਤਾਂ ਜਾਵਣਾ ਆਪਣਾ ਗਾਮ ਦਾ ਚੌਕੀਦਾਰ ਆਈ ਆ ਸਾਡਾ ਸਾਡਾ ਅੱਛਾ ਤੁਹਾਡਾ ਪਰਸਨਲ ਚੌਕੀਦਾਰ ਆਈ ਉੱਥੇ ਨੰਬਰਦਾਰ ਜਿਹੜੇ ਚੌਕੀਦਾਰ ਹੁੰਦਾ ਸੀ ਉਹ ਨੰਬਰਦਾਰ ਸਾਡਾ ਸਰ ਖਰੀਦ ਗੁਲਾਮ ਹੁੰਦਾ ਹੈ ਅੱਛਾ ਨੰਬਰਦਾਰ ਚੌਕੀਦਾਰ ਕੌਣ ਆਈ Hindu ਆਈ Musalman ਆਈ ਗਾਮਾ Musalman ਆਈ ਗਾਮਾ ਨਾਮਾ ਗਾਮਾ ਗਾਮਾ ਤਾਂ ਨਹੀਂ ਗਾਮਾ ਅੱਛਾ ਹਾਂ ਤੇ ਇਸ ਤਰ੍ਹਾਂ ਮਤਲਬ ਸਾਡੇ ਨਾਲ ਵਾਲਾ ਘਰ ਜਿਹੜਾ ਹੈ ਉਹ ਇੱਕ ਬਾਬਾ ਮੁਸਲਮਾਨ ਆ ਬਾਬਾ ਰਾਣਾ ਬਾਬਾ ਰਾਣਾ ਬਾਬਾ ਰਾਣਾ ਉਹਦਾ ਇੱਕ ਪੁੱਤਰ ਸੀ ਕਰਮਾ ਹੂੰ ਮੋਟਾ ਜਹਾ ਹੁੰਦਾ ਸੀ ਜਿਹੜਾ ਛੋਟਾ ਚੰਤੜਾ ਉਹਦੇ ਵੇ ਵੇ ਖਾਦੀ ਸੀ ਉਹ ਮਾਂ ਦਾ ਦੁੱਧ ਇਹ ਤਾਂ ਵੱਡਾ ਸਾਰਾ ਆਈ ਤਾਂ ਹੀ ਉਹ ਪੀਂਦਾ ਆਈ ਹੂੰ ਸਮਝ ਆਈ ਕਰਮਾ 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 ਇਹ ਛੋੜ ਦਾ ਨਾਮ ਦੱਸ ਰਿਹਾ ਛੋਟਾ ਛੋਟਾ ਮੁੰਡੇ ਦਾ ਨਾਮ ਕਰਮਾ ਸੀ ਮਤਲਬ ਉਹ ਇਸ ਹਿਸਾਬ ਨਾਲ ਤੁਹਾਡੇ ਹਾਂ ਦਾ ਹੀ ਹੋਇਆ ਲਗਭਗ ਹਾਂ ਤਕਰੀਬਨ ਮਾਮੂਲੀ ਤੇ ਛੋਟਾ ਸੀ ਮਜ਼ਾ ਨਹੀਂ ਇਨਾਨ ਛੋਟਾ ਲੱਗਦਾ ਮਤਲਬ ਬਿਓ ਦਾ ਨਾ ਕਿ ਦੱਸੇ ਤੁਸੀਂ ਬਾਬਾ ਰਾਣਾ ਬਾਬਾ ਰਾਣਾ ਹਾਂ ਹੂੰ ਤੁਸੀਂ ਮਤਲਬ 75 ਚੱਕ ਕੇ ਬੜੇ 88 ਚੱਕ ਕੇ ਕੋਈ ਸਕੂਲ ਕੋਈ ਨਾ ਆਇਆ ਨਹੀਂ ਉੱਥੇ ਸਾਡੇ ਕੋਈ ਤਾਂ ਮੱਸੇ ਪੰਜ-ਛੇ ਧਰ ਘਰ ਹਨ ਉਸੇ ਜਿਹੜਾ ਨਾ ਗਾਉਂ ਨਹੀਂ ਹੁੰਦਾ ਸੀ ਹੂੰ ਗਾਉਂ ਨਹੀਂ ਹੁੰਦੇ ਤਾਂ ਆਪਣਾ ਖੇਤਾਂ ਦੇ ਵਿੱਚ ਹੀ ਮਕਾਨਾਂ ਦੇ ਉੱਥੇ ਮਕਾਨ ਬਣਿਆ ਸੀ ਸਾਡੇ ਥੋੜੇ ਦੂਰ ਕਰਕੇ ਆਪਣਾ ਇੱਕ ਨੰਦਾ ਲੱਧਾ ਰਾਮ ਉਹਦਾ ਮਕਾਨ ਸੀ ਦੋ ਸਰਦਾਰ ਉਹਨਾਂ ਨੇ ਲਗਾਈ ਉਹ ਫਿਰ ਉਹ ਸੜਕ ਤੇ ਉਹਨਾਂ ਦੀ ਦੁਕਾਨ ਆਈ ਉਹ ਬਾਬਾ ਉਹਦਾ ਭਗੂ ਇੱਕ ਉਹਦਾ ਪੋਤਰਾ ਉਹ ਦੁਕਾਨ ਤੇ ਲੈਂਦਾ ਹੈ ਹੂੰ ਹੂੰ ਹਾਂ ਇਸ ਤਰ੍ਹਾਂ ਹੈ ਉਹ ਸ਼ੇਖ ਮਲਕਨ ਨੂੰ ਸੜਕ ਵੰਦੀ ਆਈ ਦੇ 87 87 ਚੱਕ ਦੇ ਇੱਕ ਮੁੰਡਾ ਹੈ ਇਸਮਾਇਲ ਉਹ ਮੇਰਾ ਦੋਸਤ ਹੈ ਉਹ ਵੀ ਉਥਾਂ ਹੀ ਪੜਦਾ ਆ ਕੇ ਪੜ੍ਹਦਾ ਉਸ 70 ਚੱਕ ਦੇ 75 ਜੀ ਉਹ 87 ਚੱਕ ਦਾ ਹੈ ਹਾਂ ਇਸਮਾਇਲ ਪੂਰਾ ਨਾਮ ਕੀ ਇਸਮਾਇਲ ਉਹ ਹੀ ਦੱਸਣ ਦਾ ਬਹੁਤ ਬਦਮਾਨ ਨਾ ਠੀਕ ਹੈ ਔਰ ਇਹਨੇ ਆ ਸਾ ਜਿਹੜਾ ਸੀ ਖਾਨਵਾਲ ਪੁਰਾਣਾ ਰਹਿੰਦੇ ਸੀ ਸਾਡੇ ਫਾਦਰ ਪੀਰਤ ਸੀ ਡਾਨ ਹੂੰ ਹੂੰ ਉਹ ਫਰੀਦ ਖਾਨ ਹੈਬਤ ਖਾਨ ਦੇ ਉਹ ਆਪਣਾ ਨਾਲ ਤੇ ਹੈਬਤ ਆ ਇਹਨਾਂ ਦੇ ਫਰੀਦ ਖਾਨ ਤੇ ਘਰ ਤੇ ਨਾਲ ਵਾਲਾ ਘਰ ਜਿਹੜਾ ਹੈ ਉਹਨਾਂ ਦਾ ਤਾਂ ਪੱਕਾ ਜਨ ਮਕਾਨ ਹੂੰ ਤੇ ਆਪਣਾ ਸਾਡੇ ਫੁੱਫਾ ਦੇ ਕਾਂਸ਼ੀਰਾਮ ਨਾਗਪਾਲ ਦਾ ਮਕਾਨ ਜਿਹੜਾ ਹੈ ਉਹ ਨਾਲ ਵਾਲਾ ਮਕਾਨ ਉਹਨਾਂ ਦੇ ਨਾਲ ਦੀਵਾਰ ਦੇ ਨਾਲ ਆਈ ਫਰੀਦ ਖਾਨ ਦੇ ਨਾਲ ਫਰੀਦ ਖਾਨ ਦੇ ਇਹਨਾਂ ਦੇ ਨਾਲ ਨਾਲ ਪਿਤਾ ਜੀ ਔਰ ਹੈਬਤ ਖਾਨ ਕਲਾਸ ਵੈਲੋ ਤੇ ਅੱਛਾ ਹੈਬਤ ਖਾਨ ਛੋਟਾ ਸੀ ਹਮ ਇਹ ਸੀ ਔਰ ਹ ਛੋਟਾ ਜਿਹਾ ਪਿਤਾ ਜੀ ਸੁਣਾਉਂਦੇ ਸਨ ਕਿ ਉਹ ਇੱਕ ਦਮ ਉਹ ਉਸਨੇ ਗਾਲ ਕੱਢ ਦਿੱਤੀ ਹਮ ਫਰੀਦ ਖਾਨ ਨੇ ਉਸਨੇ ਗਾਲ ਕੱਢ ਦਿੱਤੀ ਹਮ ਗਾਲ ਕੱਢ ਦਿੱਤੀ ਮਾਹੀ ਆਵਾ ਹਮ ਪਿਤਾ ਜੀ ਨੇ ਉਹ ਫਿਬਰੀ ਮਹੀਨੇ ਆਪਣਾ ਘੜੇ ਦੀ ਹਮ ਇਹ ਚਲਾ ਕੇ ਮਾਰੀ ਹਮ ਚਲਾ ਕੇ ਮਾਰੀ ਤੋਂ ਇੱਥੇ ਕਰਕੇ ਦਾ ਬੱਬਰ ਲੈ ਗਿਆ ਹੂੰ ਉਹ ਤਾਂ ਖੋਨੋਂ ਖੋਨ ਹੋ ਗਿਆ ਹੂੰ ਮੈਂ ਪਿਤਾ ਜੀ ਦੀ ਗੱਲ ਸੁਣਾਉਂਦਾ ਪਿਆ ਜਿਦਿ ਸਿਉ ਖੋਨਮ ਖੋਨ ਹੋ ਗਿਆ ਹੂੰ ਤੇ ਸਾਡੇ ਪਿਤਾ ਜੀ ਸਾਡੇ ਦਾਦਾ ਜੀ ਚੌਥੀ ਸੰਗ ਜੰਗੀ ਰਾਮ ਨੂੰ ਉਹਨਾਂ ਨੂੰ ਬੁਲਾ ਲਿਆ ਹੂੰ ਕਿਉਂ ਅਸਾ ਤੇ ਰਿਆ ਸੀ ਉਹਨਾਂ ਦੇ ਹੂੰ ਉਹਨਾਂ ਨੂੰ ਬੁਲਾ ਰਿਆ ਤੋਂ ਉਹਦੇ ਪਿਤਾ ਜੀ ਕਹਿੰਦੇ ਨੇ ਫਰੀਦ ਖਾਨ ਦੇ ਚੌਧਰੀ ਇਹ ਵੇਖ ਇਹ ਧੰਨੂ ਦਾ ਫਰੀਦੂ ਨਾ ਵੇਖਦਾ ਫਰੀਦੂ ਨਾ ਵੇਖ ਫਰੀਦੂ ਦਵਾਲ ਵੇਖ ਨੂੰ ਹੂੰ ਉਹ ਫਰੀਦੂ ਤੇ ਧੰਨੂ ਧੰਨਾ RAM ਨਹੀਂ ਤੋਂ ਫਰੀਦੂ ਫਰੀਦ ਆਹ ਹੈ ਫਰੀਦ ਖਾਨ ਨਹੀਂ ਤੇ ਫਰੀਦੂ ਦਾ ਇਹ ਇਹ ਹਾਲ ਵੇਖ ਲਓ ਤੇ ਮੇਖ ਲਾ ਹੂੰ ਪਿਤਾ ਜੀ ਵੀ ਸਾਥ تھے ਖੜੇ تھے ਉਹ ਵੀ ਜਿਵੇਂ ਮਲਜ਼ਮ ਜਿਸ ਤਰ੍ਹਾਂ ਖੜੇ ਹੁੰਦੇ ਹਨ ਹੂੰ ਹੂੰ ਤਾਂ ਅਬੀ ਤੱਕ ਉਹ ਸੋਚ ਰਹੇ ਕੋਈ ਕੰਮ ਬਾਤ ਕਹੇ ਤੇ ਪਿਤਾ ਜੀ ਨੇ ਕਹਿ ਦਿਆ ਕਿ ए मां या बा मैं इनका क्यों कर दे पिताजी ने कह दिया कि फरीदू मैं इनका लिख क्यों कर दे वो बहुत सियाने आदमी कलमंद आदमी सर फरीद कहाँ के बाप और कहना चौधरी तो जाओ बस हो गया मेरा घर मेरा घर पूरा हो गया बस वो गाल तो बार बार पुष्कर छोड़ी ना ताई पूरा हो गया और जाके क्यों और जाके आ के भी इसने शरारत की थी ना ते बालਾਂ ਦੀ ਆਪਸ ਲੜਾਈ ਹੈ ਨਾ ਹੂੰ ਇਹ ਫਰੀਦੂ ਨੇ ਕੀਤੀ ਹੈ ਨਾ ਬਦਮਾਸ਼ੀ ਕੀਤੀ ਹੋਣੀ ਕੋਈ ਨਾ ਕੋਈ ਗੱਲ ਕੀਤੀ ਗਾਲ ਕੱਢੀ ਤਾਂ ਹੀ ਉਸਨੇ ਮਾਰਿਆ ਨਾ ਹੂੰ ਹੂੰ ਤੇ ਉਸ ਵਾਸਤੇ ਕਰਨ ਲਗਾ ਕਰਨ ਲਗਾ ਇਸ ਲੜਾਈ ਮੈਂ ਸਮਝਾਓ ਜਾਓ ਹੋ ਗਿਆ ਬੱਠੀ ਤਾਂ ਉਹ ਇਤਨੇ ਸਮਝਦਾਰ ਆਦਮੀ ਸਨ ਉਸਕੇ ਬਾਪ ਹੂੰ ਇਹਨਾਂ ਦਾ ਝਗੜਾ ਜੋ ਥਾ ਨਾ ਪਿਤਾ ਜੀ ਦਾ ਬਚਪਨ ਸੇ ਹੀ ਸੇ ਸ਼ੁਰੂ ਚਲਦਾ ਰਹਾ पिताजी सुनाते थे कि भाई इसके मेरा आपस में झगड़ा जो बचपन से चालू हुआ है ना तो आप दीवानी तक भी चलता रहा मतलब इक्का क्लास देन क्लास देन क्योंकि मैं परवाह तो, नहीं करें देती थी उस पर नहीं कि, कि का गालब थे और फिर इसने इनका पिताजी ने कहना वो यहाँ से छोड़ो गाँव छोड़ो ये खाने वाल छोड़ो हम इनके मुकाम नहीं रहते पिताजी ने फिर जाके ज़मीन शमीन तरह पहले ठेके से ली फिर ठेकेदारी करी फिर कर कर आके मतलब वहाँ ज़मीन खरीदी ली अपना चक में फिर एक सौ तो अट्ठाठ में नहीं चक लेगी एक सौ अठाठी अट्ठाठी एक सौ तो अठाठ में भी तो, भी तो ये ये है ना अठा, अठासी में अठासी में हमारा बाग था ना 18, 18, 18 बाग आई मतलब हाँ, हाँ। जमीन ए में हुँ, हुँ, हुँ. और इसने उत, ते, ते 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 गाल का पिता, पिता, तो पिता जी ने पिताजी सुना देते कि लोग भी तो वो मतलब पिताजी ने कहा अच्छा कोई गल नहीं जिसल मजिस्ट्रेट आई ਕਾਰ ਤੇ ਆ ਕਾਰ ਇਹ ਕਦਕ ਬੰਦੇ ਕੋਲ ਕਹ ਹੁੰਦੀ ਹੈ ਕਾਰ ਤਾਂ ਕਿਸੇ ਕੋਲ ਹੁੰਦੀ ਨਹੀਂ ਇਹਨਾਂ ਕੀ ਕੀਤਾ ਜਿਸ ਨੇ ਉਤਰੀਆ ਨਾ ਕਾਰ ਤੋਂ ਗੋੜੀ ਜਬਦੀ ਆਪਣਾ ਅਨੁਤ ਮਾਰਿਆ ਥੱਪੜ ਫਰੀਦ ਖਾਨ ਨੂੰ ਅੱਛਾ ਮਦਾ ਫਰੀਦ ਖਾਨ ਦੇ ਪਿਓ ਨੇ ਫਰੀਦ ਖਾਨ ਨੂੰ ਕਿਹਨੇ ਮਾਰਿਆ ਪਿਤਾ ਜੀ ਨੇ ਅੱਛਾ ਤੁਹਾਡੇ ਪਿਤਾ ਜੀ ਨੇ ਹਾਂ ਜੀ ਧੰਨाराम ਨੇ ਥੱਪੜ ਮਾਰਿਆ ਪਗੜੀ ਬੰਨਦਾ ਤੇ ਬੋਲੇ ਕੁਲੇ ਤੇ ਪਗੜੀ ਛਕੜੀ ਬੰਦਿਆਂ ਨੂੰ ਕੋਈ ਆਸ ਨਾ ਕੋਈ ਹੈਟ ਚੈਟ ਬੰਦ ਨਾ ਮੇਰੇ ਕੋ ਫੋਟੋ ਹੈ ਭੀਆ ਫਿਰ ਦਿਖਾਦਾ ਹਾਂ ਮਤਨ ਦਿੰਦਾ ਸੀ ਨਾ ਫਿਰ ਮੈਂ ਆਪਕੋ ਬਤਾਤਾ ਹਾਂ ਨਾ ਇਹ ਤੋ ਜੀ ਉਹ ਪਗੜੀ ਇੱਕ ਪਾਸੇ ਹੱਸਦਾ ਰਿਹਾ ਕਹਿੰਦਾ ਅੱਛਾ ਚੰਦਰੀ ਤਾਂ ਅਸੀਂ ਨੇ ਸ਼ਰਾਬ ਵੀ ਧੀ ਸ਼ਰਾਬ ਵੀ ਧੀ ਸ਼ਰਾਬ ਦੇ ਅੰਦਰ ਫੜ ਗਏ ਨਾ ਕਹਿਣਾ ਅੱਛਾ ਸਾਰੇ ਹਲੋ ਲੋ ਗਈ ਸਾਰੇ ਖਾਨੇਬਾਲ ਦੇ ਏਰੀਆ ਚ ਹਨ ਚ ਹਨ ਭਾਈ ਉਹ ਕਿਹਨ ਹੈ ਕੌਣ ਹੈ ਚੌਧਰੀ ਫਰੀਦ ਫਰੀਦ ਖਾਨ ਖਾਨ ਸਾਹਿਬ ਨੂੰ ਖਾਨ ਸਾਹਿਬ ਨੂੰ ਕੈਂ ਮਾਰਿਆ ਥੱਪੜ ਮਾਰੇ ਕੋਈ ਕਢਾ ਦਿੱਤਾ ਕੋਈ ਕਿ ਮੀ ਆਖ ਤੇ ਲੋਕ ਸਾਡੇ ਖਾਨੇ ਵਾਲ ਸਾਨੂੰ ਪਿਤਾ ਜੀ ਨੂੰ ਵੇਖਣ ਆਂਦੇ ਹਮ ਕਿ ਭਈ ਕੌਣ ਹੈ ਵੀ ਧਨਾਰਾਮ ਕਿਹੜਾ ਹੈ ਧਨਾਰਾਮ ਤੇ ਇਹ ਇਹ ਇਸ ਤਰ੍ਹਾਂ ਸੀ ਆਖਰ ਦੇ ਵਿੱਚ ਕਰ ਕਰਾ ਕੇ ਸਨ 46 45 46 ਚ ਸਾਡਾ ਆਪਾ ਤੇ ਸਮਝੌਤਾ ਹੋਇਆ ਹੂੰ ਔਰ ਮੇਰਾ ਪਤਾ ਨਹੀਂ ਛੋੜੇ ਮੈਨੂੰ ਵੀ ਇਤਨਾ ਆਂਦੇ ਸੈਂਕੜੇ ਰੱਤ ਘੋੜੀਆਂ ਵਗੈਰਾ ਆਈਆਂ ਉੱਥੇ ਹੂੰ ਸਾਡੇ ਉਹ ਘਰ ਦੇ ਅੱਗੋਂ ਕਰਕੇ ਬੜਾ ਗੇਟ ਆਇਆ ਬੜਾ ਫਟਕ ਜਿਹਾ ਇਹ ਤੇ ਸਾਡਾ ਨਾ ਉਹ ਲੱਕੜ ਦਾ ਫਟਕ ਆਈ ਹੂੰ ਅੱਗੇ ਕਰਕੇ ਅੰਦਰ ਵੜ ਕੇ ਘੋੜੀ ਦਾ ਸਟੱਬਲ ਆਈ ਇਹਦੇ ਮੱਜਾਂ ਦਾ ਆਈ ਰਾਨਾ ਅਗਾ ਕਰਕੇ ਸਾਡੇ ਅੰਦਰ ਨਲਕਾ ਇਹ ਨਲਕਾ ਬਸ ਹਰ ਵਾਰ ਅੰਦਰ ਘਰ ਸਾਡੇ ਆਪਣੇ ਆਂਦਾ ਹੈ ਸਾਡੇ ਘਰ ਦੇ ਅੰਦਰ ਉੱਤੇ ਝੋੜ ਸਾਡੇ ਅੰਦਰ ਆਈ ਹੂੰ ਛੋਟਾ ਜਿਹਾ ਤਲਾਬ ਬਣਿਆ ਹੈ ਇਤਨੀ ਜਗ੍ਹਾ ਦਾ ਇਤਨਾ ਕਰਕੇ ਤਲਾਬ ਕਿ ਮੈਂ ਹਰ ਹਫਤੇ ਪਾਣੀ ਆਂਦਾ ਤੇ ਉੱਥੋਂ ਨਿਕਲ ਕੇ ਪਾਣੀ ਦੂਜੇ ਸਾਡੇ ਖੇਤ ਜਾਵਣਾ ਹੂੰ ਸਾਡੀ ਜ਼ਮੀਨ ਵਿੱਚ ਤੇ ਪਾਣੀ ਉੱਤੇ ਫ੍ਰੈਸ਼ ਹੋਵਣ ਤੇ ਕਪੜੇ ਧੋਣ ਵਾਸਤੇ ਕੋਈ ਔਰਤ ਬਾਹਰ ਨਹੀਂ ਜਾਵਣਾ ਅੱਛਾ ਘਰ ਦੇ ਅੰਦਰ ਆਏ ਘਰ ਦੇ ਅੰਦਰ ਇਸ ਤਰ੍ਹਾਂ ਬੜਾ ਬੜਾ 2.5 ਕਿਲੇ ਦਾ ਕਰ ਦੋ ਤੰਦ 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 ਮੈਂ ਨਾ ਮੰਨ ਤੇ ਐਸੀ ਸਾਡੇ ਖਾਣੇ ਤੇ ਆਪਣਾ ਖਾਨੇ ਵਾਲ ਤੂੰ ਦੌੜੋ ਅਗੂ ਚੁੰਗੀ ਆਈ ਪਹਿਲੇ ਆਉਂਦਾ ਤੇ ਕਮੇਟੀ ਵਾਲ ਬਾਗ ਹੁੰਦਾ ਹੂੰ ਜਿਵੇਂ ਤੁਹਾਡਾ ਹੁੰਦਾ ਨਾ ਇਹ ਇਹ ਤੁਹਾਡੇ ਬਣਿਆ ਪਿਆ ਕੰਪਨੀ ਬਾਗ ਕਰਦੇ ਨੇ ਆ ਕੰਪਨੀ ਬਾਗ ਉਸਰ ਉਤਰ ਕਮੇਟੀ ਵਾਲ ਬਾਗ ਉਸ ਤੋਂ ਬਾਅਦ ਥੋੜੀ ਚੁੰਗੀ ਆਵਣੀ ਚੁੰਗੀ ਬਾਅਦ ਥੋੜਾ ਦੂੜਾ ਗਾਵਣਾ ਤੇ ਅਗੋਂ ਟਿਬਾਵਣਾ ਟਿਬਾ ਕ੍ਰਾਸ ਕਰਨਾ ਪਹਿਲਾਂ ਥੋੜੀ ਜਿਹੀ ਜ਼ਮੀਨ ਹੈ ਸਾਡੀ ਉਹ ਠਾਠਾਲੀ ਫਿਰ ਉਹ ਤੋਂ ਬਾਟੀ ਬਾ ਆਇਆ ਤੇ ਬਦ 88 ਆ 88 ਆ 88 ਟਾਈਮ ਆ ਰਹਾ ਇਹ ਸੀ ਸਾਡਾ ਮਤਲਬ ਦਿਮਾਗ ਹੈ ਜਿਹੜਾ ਘਰ ਦਾ ਨਕਸ਼ਾ ਪੂਰਾ ਪੂਰਾ ਹੈ ਪੀ ਆ ਹਾਂ ਹਾਂ ਪੂਰਾ ਬਿਲਕੁਲ ਦੌੜਦੇ ਦੌੜਦੇ ਜਾਵਣਾ ਆਪਣਾ ਉੱਥੇ 75 ਕੰਚ ਅੱਕ ਚ ਆਪਣਾ ਉੱਥੇ ਉਹ ਕਿਕਰ ਨਾਲ ਹੁੰਦੇ ਸਨ ਨਾਲ ਉਹ ਦੇ ਬਾਅਦ ਉਹ ਲਾਈਨ ਦੇ ਸੜਕ ਦੇ ਨਾਲ ਕਿਕਰ ਮਤਲਬ 88 ਤੋਂ 75 ਦੇ ਟਾਈਮ ਹਾਂ ਆ 75 ਤੇ ਜਾਣਾ ਨਾ ਹਾਂ ਤੇ 75 ਜੋ ਉਤੇ ਕਹਾਂ ਕਿ ਉਹ ਆਪਣਾ ਕਿਕਰਾਂ ਤੋਂ ਗੋਹਦ ਕੋ ਪਾਟ ਪਾਟ ਵਰਕੇ ਖਾਂਦੇ تھے۔ ਹੂੰ ਮਤਲਬ ਸਕੂਲ ਵੰਦੇ ਟਾਈਮ ਹਾਂ ਸਕੂਲ ਦੇ ਨਾਮ ਆਂਦੇ ਬਾਕੀ ਜਾਂ ਉਹ ਕਹਿੰਦੇ ਨਾਲ ਚੌਕੀਦਾਰ ਲਿਆ ਜਾਂਦਾ ਹੈ ਸਕੂਲ ਇਹ ਤੁਹਾਡੇ ਜਿਹੜੇ ਹਾਨੀ ਹਨ ਕੋਈ ਨਾਮ ਯਾਦ ਹੈ ਕੋਈ ਯਾਦ ਨਹੀਂ ਸਾਰੇ ਕੋਈ ਪਤਾ ਨਹੀਂ ਸਾਨੂੰ ਉਸ ਤੋਂ ਬਾਅਦ ਆ ਗਿਆ ਇੰਜਨ ਸ਼ੈੱਡ ਸਕੂਲ ਖਾਣੇ ਵਾਲੇ ਖਾਣੇ ਵਾਲੇ ਪਹਿਲੋ ਸਾਢੇ ਨਾਲ ਨੇ ਹੁੰਦਾ ਇੰਜਨ ਸ਼ੈੱਡ ਹੂੰ ਇਹ ਜੰਕਸ਼ਨ ਹੈ ਨਾ ਪਹਿਲੋ ਆਗੋਂ ਦਾ ਸਟੇਸ਼ਨ ਹੈ ਉਰਾਂ ਇੰਜਨ ਸ਼ੈੱਡ ਹੁੰਦੇ ਕਿ ਇੰਜਨ ਕਰੇਂਦਨ ਨਾ ਹੈ ਰਿਪੇਅਰ ਜਿ ਰਿਪੇਅਰ ਜੋ ਕੋਈ ਕਰਵਾ ਦੇ ਉਹ ਬਹੁਤ ਦੂਰ ਲੰਮਾ ਪੈਂਦਾ ਹੈ ਇਹ ਸੜੋ ਸਾਨੂੰ ਇਹ ਸਾਢੇ ਚੱਕ ਤੋਂ ਨੇੜੇ ਹੁੰਦਾ ਹੈ ਤੁਸੀਂ ਹੁਣ ਖਾਨੇਵਾਲ ਸਕੂਲ ਪਹੁੰਚ ਗਏ ਜਿਹੜਾ ਇੰਜਨ ਖਾਨੇਵਾਲ ਸਕੂਲ ਪਹੁੰਚ ਗਏ ਹੈ ਨਾ ਮਾਈ ਸਕੂਲ ਦਾ ਡੀਏਵੀ ਹਾਈ ਸਕੂਲ ਡੀਏਵੀ ਹਾਈ ਸਕੂਲ ਰੇਲਵੇ ਲਾਈਨ ਦੇ ਰੇਲਵੇ ਲਾਈਨ ਦੇ ਨਾਲ ਇਹ ਆਪਣਾ ధਨੀਰਾਮ শেਠ ਹੈ ਨਾ ਹੂੰ ਇਹਨਾਂ ਦੀ ਫੈਕਟਰੀ ਹੈ ਉਹਨਾਂ ਦੀ ਫੈਕਟਰੀ ਹੈ ਉੱਤੇ ਹਾਂ ਇਹ ధਨੀਰਾਮ ਕਿਹੜੇ ధਨੀਰਾਮ ਆਪਣਾ ਕਹਿੰਦੇ ਗੰਗੂਰਾਮ ਹਲਵਾਈ ਹਾਂ ਗੰਗੂਰਾਮ ਹਲਵਾਈ ਹੈ ਨਾ ਇਹਦੇ ਸਾਹਮਣੇ ਹੁੰਦਾ ਹੈ ధਨੀਰਾਮ ਜੀ ਸੱਜਣ ਦੇ ਪੇਰੈਂਟਸ ਹਨ ਉਹ ਇਹ ਤਾਂ ਉੱਥੋਂ ਦੇ ਇੱਕ ਮਿੰਟ ਮਾਰੇ ਲਾਲਪੋੜ ਦੇ ਮਤਲਬ ਇਹ শেਠ ధਨੀਰਾਮ ਉਹਦੀ ਫੈਕਟਰੀ ਉਸ ਤੇ ਖਾਣੇ ਵਾਲ ਵੀ ਹੋਈ ਹੈ ਉਹ ਤਾਂ ਲਾਲਪੋੜ ਵੀ ਉਸੇ ਕੋਲ ਪਤਨ ਕਿਤੇ ਖਾਣੇ ਵਾਲ ਦੀ ਇਹ ਪੋਜੀਸ਼ਨ ਸੀ ਕਿ ਟ੍ਰੇਨ ਜਾਂਦੀ ਸੀ ਫੈਕਟਰੀ ਮੈਂ ਆ ਕੇ ਸਬਜ਼ੀ ਮੰਡੀ ਮੈਂ ਅਨਾਜ ਮੰਡੀ ਕਪਾਦੀ ਫੈਕਟਰੀ ਤਾਂ ਨਹੀਂ ਕਿਦਾ ਕਪਾਦੀ ਕਪਾਦੀ ਫਿਰ ਉਹ ਤੂੰ ਕਪਾਦੀ ਫੈਕਟਰੀ ਜਿੱਥੇ ਆਈ ਨਾ ਉੱਥੇ ਹੁਣ ਪਾਰਕ ਬਣਿਆ ਪਈ ਐ ਅਗਲੀ ਗੱਲ ਸੁਣੋ ਕਪਾਦੀ ਫੈਕਟਰੀ ਚਿਮਨੀ ਹਾਈ ਉਹ ਚਿਮਨੀ ਹੋਸੀਆਂ ਤੇ ਕਿਹਦੇ ਚਿਮਨੀ ਖੜੀ ਆਈ ਤਾਈਂ ਅੱਛਾ ਜੇ ਤੂੰ ਮੋਕਾ ਮੋਕਾ ਡੀਵੀ ਸਕੂਲ ਪਹੁੰਚ ਗਿਆ ਉੱਥੇ ਕਿਤਨੀ ਜਮਾਤਾਂ ਪੜੇ ਫਿਰ ਇਹ ਤਾਂ 5ਵੀਂ ਤੇ 6ਵੀਂ ਮੈਂ ਚੌਥੀ ਉੱਥੋਂ ਤੱਕ ਪੜੇ ਹਾਂ 75 ਚੱਕ ਐ ਪਾਣੀ ਵੀ ਤੇ ਛੇਵੀਂ ਪੜੇ ਡੀਏ ਆ ਡੀਏ ਸਕੂਲ ਬਸ ਬਸ ਇਹ ਵੀ ਸਕੂਲ ਹੈਡਮਾਸਟਰ ਦਾ ਨਾਮ ਦੱਸੋ ਹੈਡਮਾਸਟਰ रामचंद्र नागपाल ਉਹ ਤੁਹਾਡੇ ਫੁੱਫਾ ਜੀ ਹੋਏ ਫੁੱਫਾ ਜੀ ਨਹੀਂ ਮੇਰੇ ਫਾਦਰ ਲਾ ਹਨ ਉਹ ਅੱਛਾ ਉਸ ਵਕਤ ਉਸ ਕਾਂਸ਼ੀ ਰਾਮ ਉਹਨਾਂ ਦੇ ਬੜੇ ਬੜੇ ਭਾਈ ਤੇ ਨਾ ਵੱਡੇ ਉਹ ਸਾਡੇ ਬੂਆ ਬੂਆ ਦੇ ਅੱਛਾ ਅੱਛਾ ਹੋਰ ਉੱਥੋਂ ਦੀ ਕਿਹੜੀ ਗੱਲ ਯਾਦ ਆਂਦੀ ਹੈ ਪੁਰਾਣੀ ਇਹ ਤਾਂ ਜੇ ਸੁਣਾਉਂਦੇ ਹਨ 86 ਚੱਕ ਫੌਜੀਆਂ ਦੇ ਚੱਕ ਆਏ ਹੂੰ ਉਹਨਾਂ ਘੋੜੀ ਘੋੜੀ ਛੁੱਟ ਗਈ ਉਹਨਦੀ ਘੋੜੀ ਆ ਕੇ ਸਾਡੇ ਚੱਕ ਤੇ ਸਾਡੇ ਗਾਵਾਂ ਚ ਆ ਗਈ ਤੁਹਾਡੇ ਇਲਾਕੇ ਚ ਘੋੜੀ ਨਾ ਫਤ ਨਹੀਂ ਉਹ ਆਪਣੇ ਰੋਹ ਵਿੱਚ ਕਿਵੇਂ ਆ ਸਾਡੀ ਅਸੀਂ ਫੌਜੀ ਆ ਹੂੰ ਇੱਥੇ ਚੌਧਰੀ ਦਾ ਨਾਰਾਮ ਨੰਬਰਦਾਰ ਉਹ ਆਪਣੇ ਬੌਂਡੇ ਚ ਆਪਣਾ ਹਾਂ ਮਾ ਸਾ ਹੂੰ ਹਾਂਜੀ ਉਹ ਆ ਉਹ ਨਾ ਬੇਰ ਆ ਕੇ ਕਹਿਣ ਲੱਗਾ ਜੀ ਇਸ ਤਰ੍ਹਾਂ ਘੋੜੀ ਹੈ ਆਪਕਾ ਪਿਤਾ ਜੀ ਆਇਆ ਚਲ ਭਾਈ ਕਾਇ ਫੌਜੀ ਹੈ ਸੇਵਾ ਸਾਬ ਕੀਤੀ ਚਲੋ ਘੋੜੀ ਜਨ ਛੋੜ ਦਿੱਤੇ ਉਹਨਾਂ ਫਿਰ ਉਹਨਾਂ ਨੂੰ ਨੇਵੰਦਾ ਦਿੱਤਾ ਕਿਹਾ ਦੇ ਇਨਵੀਟੇਸ਼ਨ ਦਿੱਤਾ ਕਿ ਤੁਸੀਂ ਸਾਡੇ ਕੋਲ ਆ ਪਿਤਾ ਜੀ ਗਏ ਘੋੜੀਆਂ ਦੇ ਵੰਦੇਆਂ ਨੂੰ ਘੋੜੀ ਲੈ ਆਂਦੇ ਉਹਨਾਂ ਚਾਹ ਬਿਲਾਈ ਪਿਤਾ ਜੀ ਆਦਨ ਮੈਂ ਜ਼ਿੰਦਗੀ ਚ ਪਹਿਲੀ ਦਮਾ ਚਾਹ ਪੀਤੀ ਮੈਨੂੰ ਕੀ ਪਤਾ ਕਿ ਚਾਹ ਕੀ ਕੀ ਬਣਾਉਂਦੀ ਦੁੱਧ ਵੀ ਤੋ ਆਈ ਸਾਰਾ ਦੋਸਤ ਸਾਡੇ ਕੋਲ ਉਹ ਜੋ ਵੀ ਆਵੇ ਉਹ ਸਵੇਰੇ ਆਵੇ ਲੱਸੀ ਪੀਵੇ ਰੋਟੀ ਖਾਵੇ ਹੁਣ ਤੁਸੀਂ 5ਵੀਂ ਤੇ 6ਵੀਂ ਉੱਥੇ ਪੜ੍ਹੇ ਸਕੂਲ ਵਿੱਚ ਹਾਂ ਠੀਕ ਹੈ ਜਿਹੜੇ ਉੱਥੋਂ ਦੇ ਹੈਡਮਾਸਟਰ ਹਨ ਉਹ ਤੁਹਾਡੇ ਹੁਣ ਸੱਸੁਰ ਬਣ ਗਏ ਸੱਸੁਰ ਬਣ ਗਏ ਠੀਕ ਹੈ ਖਾਣੇ ਵਾਲ ਜਿਹੜਾ ਹੈ 47 ਦੇ ਟਾਈਮ ਮਤਲਬ ਖਾਣੇ ਵਾਲ ਦੀ ਸਥਿਤੀ ਕੀ ਹੈ ਵੀ ਕਿਵੇਂ ਹੁਣ ਤੁਸੀਂ ਅੰਦਾਜ਼ੇ ਲਾਏ ਕਿ ਉੱਥੋਂ ਨਿਕਲਣਾ ਪੋਸੀ ਫਿਰ ਕਿਵੇਂ ਤੁਸੀਂ ਨਿਕਲੇ ਕੌਣ ਕਿਹਨਾਂ ਸਹਾਇਤਾ ਕੀਤੀ ਹੋ ਦੱਸੋ ਪਿਤਾ ਜੀ ਔਰ ਚਾਚਾ ਜੀ ਹੂੰ ਪਿਤਾ ਜੀ ਕਹਤੇ 6 ਮਹੀਨੇ ਪਹਿਲੇ ਚਾਚਾ ਜੀ ਕਹਿਣ ਲੱਗੇ ਭਾਈ ਸਾਹਿਬ ਇਹ ਸ਼ੋਰ ਸ਼ਰਾਬਾ ਪਾਉਂਦਾ ਪਿਆ ਆਪਾਂ ਜ਼ਮੀਨਾਂ ਵੇਚ ਕੇ ਤੇ ਇੱਥੋਂ ਚੱਲਣ ਚੰਨੇ ਆ ਪਾਕਿਸਤਾਨ ਹਿੰਦੁਸਤਾਨ ਦੇ ਰੁੱਤ ਪੱਛੋਂ ਚੱਲਨੇ ਆ ਮਤਲਬ ਉਸਿੱਸੇ ਚੱਲਨੇ ਆ ਚਾ ਪਿਤਾ ਜੀ ਆਖਣ ਲੱਗੇ ਆ ਚਾਚਾ ਜੀ ਨੂੰ ਕਿਸਨ ਚੰਦਾ ਨਾ ਆ ਓ ਕਿਸ਼ਨ पागल होए राज बदले हम्म कोई परजा बदली हम्म عوام ਤਾਂ बदली ਕੋ ਨਹੀਂ ਕਰਦੇ ਕਰੇ ਮੁੱਤਾਂ ਹੋ ਗਈਆਂ ਨੇ ਕੋਈ ਕਈ ਰਾਜੇ ਆਏ ਕਈ ਗਏ ਕਈ ਲੋਗ ਗਏ ਕਦਾਂ ਹੀ ਕੋਈ ਤੂੰ ਆਦੇ ਪਰਜਾ ਹੀ ਬਦਲਦੀ ਬਦਲ ਨਹੀਂ ਹੈ पागल ਨੇ ਤਾਂ ਤੇ ਚਾਚਾ ਜੀ ਦਾ ਨਾ ਆ ਕੇ ਨਹੀਂ ਮੰਨਿਆ ਹਮ ਨਹੀਂ ਤਾਂ ਪਹਿਲਾ ਹੀ ਆਪਣਾ ਅਕਰ ਕਰ ਲੈਂਦੇ ਤੇ ਜ਼ਮੀਨਾਂ ਵੇਚ ਕੇ ਮਨਾਈ ਸਾਡੇ ਲੜਕੀ ਦੇ ਸਸਰ ਮੇਰੀ ਮੈਂ ਦੇ ਸਸਰ ਕੁੰਤੀ ਦੇ ਭਗਵਾਨ ਦਾਸ ਬੁਟਾਣੀ ਉਹਨਾਂ ਦੀ ਸਾਈਕਲ ਦੀ ਦੁਕਾਨ ਹੈ ਉੱਤੇ ਧੰਨਵਾਦ ਹੋਲ ਸੇਲਰ ਹਨ ਕਿਹੜੇ ਬਲਾਕੇ ਚ ਉਹ ਧਰਮਸ਼ਾਲਾ ਹਾਈਵੇ ਅਨਾਜ ਮੰਡੀ ਆਈ ਉਹਦੇ ਨਾਲ ਕਰਕੇ ਉਹਨਾਂ ਦੀ ਦੁਕਾਨ ਹੈ ਕਰਾਚੀ ਚੋਂ ਹਰਕुलिस ਸਾਈਕਲ ਇੰਗਲੈਂਡ ਤੋਂ ਆਂਦਾ ਕਿਰਾਚੀ ਇੰਗਲੈਂਡ ਤੋਂ ਆਂਦਾ ਜੀ ਕਰਾਚੀ ਆਵਣਾ ਕਿਰਾਚੀ ਤੋਂ ਇਹਨਾਂ ਲੈ ਆਵਣਾ ਇਹ ਆਪਣੇ ਸੁਣਾਇਂਦੇ ਆ ਹਨ ਕਿ ਅਸਾਂ ਉੱਥੇ ਕਿ ਕਰਦੇ ਆ ਸੇ ਲੁਧਿਆਣਾ ਤੋਂ ਸਾਈਕਲ ਬਣਵਾਇਂਦੇ ਆ ਹੂੰ ਉਹ ਬੇਸਤੀ ਹੋ ਗਈ 100 ਸਾਈਕਲ ਤੋਂ ਬਾਅਦ 100 ਸਾਈਕਲੇ ਤੋਂ ਬਣਵਾ ਲਏ ਹੂੰ ਲੁਧਿਆਣਾ ਤੋਂ ਹਾਂ ਫਿਰ ਉੱਥੇ ਮੋਰਾ ਆਪਣੇ ਇਹਦੀ ਲਾ ਲੈਂਦੇ ਹਰਕुलिस ਦੀ ਹਾਂ ਉਹ ਫਟੀਆਂ ਜਿਹੜੀਆਂ ਨਾ ਫਟੀਆਂ ਜਿਹੜੀਆਂ ਨਾ ਉਹ ਉਤੋਂ ਵਾਲੇ ਉਹ ਜਿਹੜੀਆਂ ਇੰਗਲੈਂਡ ਪੈਕਿੰਗ ਹੋ ਗਿਆ ਪੈਕਿੰਗ ਗਏ ਇੱਕ ਉਦੂ ਲਾਈ ਇੱਕ ਇਹ ਤੂਏ ਤੇ ਇੱਕ ਇਹ ਲਾਈ ਇੱਕੋ ਲਾਈ ਕਰਕੇ ਮਤਲਬ ਉਸ ਟਾਈਮ ਇਹ ਕੰਮ ਕੀਤਾ ਇਹ 6 ਮਹੀਨੇ ਪਹਿਲੂ ਇਹ ਆ ਗਏ ਨੇ ਇਹ ਵੀ ਭਗਵਾਨ ਦਾ ਸੁਨੇਹਾ ਅੱਛਾ ਉਥੋਂ ਆਓ ਤੇ ਆਖਣ ਬਈ ਤੁਮ ਆਖਣ ਸਾਨੂੰ ਆਧਾਰ ਦਰ ਦਰ ਆਏ ਆਖਣ ਲੱਗ ਮੰਜੀ ਆ ਤੁਹਾਨੂੰ ਭੇਜੋ ਉੱਥੇ ਹੂੰ ਉਹ ਤਾਂ ਮੰਜੀ ਮੰਗਵਾਈਆਂ ਇਨਾ ਅੱਛਾ ਇਹ ਇਹ ਇਨਾ ਦੇ ਆ ਉਹ ਤਾਪ ਸੁਣਨ ਦੀਆਂ ਕਿ ਮੰਜੀ ਮੰਗਵਾਈਆਂ ਮੰਜੀ ਭਾਈ ਆਏ ਹਰ ਦੁਆਰਾਂ ਹਰ ਦੁਆਰ ਹਰ ਦੁਆਰ ਆਇਆ ਤੇ ਮਰ ਦੀਆਂ ਭਾੜਾ ਨੂੰ ਨਾਲ ਲਾਇਆ ਸਾਰੇ ਨੂੰ ਯਾਤਰਾ ਆ ਤੇ ਉਹ ਹੁਕਮ ਚਾਹਦਾ ਤੇ ਮਾਣ ਤੇ ਇਹ ਬਣਿਆ ਸੀ ਨੋ ਛੋਟੇ ਛੋਟੇ ਇਹ ਹੁਕਮ ਚਾਹਦੇ ਛੋਟੇ ਛੋਟੇ ਉਹ ਦੌਰ ਚੰਗਾਈ ਕੇ ਦੌਰ ਚੰਗਾ ਉਸ ਦਾ ਕੀ ਮੁਕਾਬਲਾ ਕੋ ਤਾਂ ਕੋਈ ਮੁਕਾਬਲਾ ਨਹੀਂ ਤਾਂ ਹੀ ਮੈਂ ਪੁੱਛਣਾ ਸਾਰੇ ਕੋਲੇ ਗੱਲਾਂ उसका क्या मुकाबला है उसमें रोब था वहां नंबरदार के बगैर इतना दार का रोब होता था कि के, के बगैर किसी को अरेस्ट नहीं करता नंबरदार ये कितनी दिन उधर चौधर थी अपना घर देखना चाहते हो के घर के पाकिस्तान घर साढ़ा को क्यों नजर आवे रहा है ਨજર ਆਵੇ ਉਹ ਮੇਰਾ ਕੰਮ ਆ ਦੇਖਣਾ ਚਾਹੁੰਦੇ ਆ ਆ ਵੇਖਣਾ ਚਾਹੁੰਦੇ ਆ ਕਿਉਂ ਨਹੀਂ ਦੇ ਬੜੇ ਖੁਸ਼ੀ ਆ ਪਾਕਿਸਤਾਨ ਜਾਸੋ ਆਪਣਾ ਘਰ ਵੇਖਣ ਦੀ ਅਗਰ ਹਿੰਮਤ ਹੋਵੇ ਤਾਂ ਮੈਂ ਮੈਂ ਆਜ ਨਹੀਂ ਸਕਦਾ ਮੈਂ ਨਾ ਬੈਠਦਾ ਨਾ ਆਜ ਨਹੀਂ ਸਕਦਾ ਮੈਂ ਨਾ ਨਾ ਲੈਂਗੁਏਜ ਇਨਕੇ ਨਹੀਂ ਬਾਤ ਇਹ ਹੈ ਨਾ ਕਿ ਮੈਂ ਬਾਬਾ ਜੈਦੇ ਮੈਂ ਨਾ ਜਿਹੜੇ ਮਿਲਦਾ ਹੈ ਨਾ ਧਰਮ ਭਰਾ ਲਾਓ ਟਰਾਲੀ ਤਿਆਰ ਕਰੋ ਚਲਿਏ ਖਾਣੇ ਜਿੱਥੇ ਵੀ ਜਿਹੜੇ ਚੌਥੇ ਉਹਨਾਂ ਦੇ ਬਾਬਾ ਜਯਦੇਵ ਤੇ ਬ੍ਰਾਦਰਤਾ ਲੈ ਰੱਖਿਆ ਹੈ। ਇਨਕੀ ਇਨਕੇ ਸਾਡਾ ਇੰਜਨ ਸਾਈਡ ਦੇ ਨਾਲ ਕਰਕੇ ਸਾਡਾ ਭੱਟਾ ਆਈ। ਇਟਾਂ ਦਾ। ਅੱਛਾ। ਸਾਡਾ ਇਟਾਂ ਦਾ ਭੱਟਾ ਆਈ। ਉਹ ਆਪਕੋ ਬਤਾ ਦਉ। ਬਾਬਾ ਕਾਨ ਸਿੰਘ। ਬਾਬਾ ਕਾਨ ਸਿੰਘ। ਇਹ ਜਯਦੇਵ ਦਾ ਬ੍ਰਾ ਮਫਾਦਰ। ਮਫਾਦਰ। ਇਨਕੀ ਚੱਕੀ ਥੀ। ਖਾਣੇ ਵਾਲ ਦਾ ਸ਼ਹਿਰ ਆਈ ਨਾ ਜਿਵੇਂ ਲਾਸਟ ਵਿੱਚ। ਹੂੰ ਹੂੰ। ਉੱਥੇ। ਇਹਨਾਂ ਦੇ ਚੱਕੀ ਦੇ ਉੱਤੇ ਕਿਸੇ ਨੂੰ ਛੁਰਾ ਮਾਰਿਆ ਗਿਆ। ਇਹ ਪਹਿਲਾ ਛੁਰਾ। ਹੂੰ। ਉਹ ਹਾਈ ਉਹਨਾਂ ਦਾ ਇਹ ਕਰਮਚਾਰੀ ਹੈ ਕੌਣ ਹੈ ਕੇਹਾ ਹਾਂ ਉਹ ਜਿਹੜਾ ਛੋਰ ਹੈ ਨਾ ਮਤਲਬ ਬਲਦੇਵ ਇਲਾਵਾਦੀ ਜਿਹੜਾ ਉਹਨਾਂ ਦਾ ਕਾਨ ਸਿੰਘ ਦਾ ਛੋਰ ਹੈ ਬਲਦੇਵ ਬਲਦੇਵ ਦਾ ਸਾਲਾ ਉਸਨੇ ਉਹਨੂੰ ਲਗਾਇਆ ਛੁਰਾ ਉਹ ਆਏ ਖਾਣੇ ਵਾਲੇ ਤੇ ਜ ਆਏ ਨਾ ਅਸਾਂ ਕਿਵੇਂ ਆਏ ਤੇ ਜੀ ਹਣ ਇੱਕ ਡਾਕਟਰ ਸ਼ਾ ਆਈ ਹੂੰ ਉਹ ਸਾਡੇ ਲਾਈਨ ਤੋਂ ਲਾਸਟੇਜ ਕਰਕੇ ਉੱਥੇ ਆਏ ਤੇ ਉਹ ਉਹਨੂੰ ਚਾਹੀਦੀਆਂ ਨੇ ਇੱਟਾਂ ਹੂੰ ਹੁਣ ਬਾਬਾ ਕਾਂ ਸਿੰਘ ਨੂੰ ਗੱਲਬਾਤ ਜਿਵੇਂ ਹੋਈ ਬਾਬਾ ਕਾਂ ਸਿੰਘ ਨੇ ਉਹ ਸਾਡੇ ਸੌਦਾ ਕਰਾਇਆ ਸਾਡੇ ਬੱਠੇ ਤੋਂ ਮੈਂ ਤੂੰ ਵਾਂ ਕੇ ਇੱਟਾਂ ਚਾਲ ਹੈ ਹੂੰ ਅਸਾ ਤਾਂ ਨਿਕਲ ਨਹੀਂ ਸਕਦੇ ਉਹ ਇਨਾ ਆਵਿਆਲਾ ਉਹਨਾ ਇੱਟਾ ਚਾਲਿਆ ਉਹ ਪੈਸੇ ਸਾਨੂੰ ਕਿੰਨੇ ਦੇ 7-800 ਰੁਪਏ ਪਤਨ ਮਿਲਲੇ ਹਨ ਉਸ ਟਨ 7-800 ਬੜੀ ਚੀਜ਼ ਹੁੰਦੀ ਹੈ ਉਹ ਜੀ ਤਰੇ ਟਾਂਗੇ ਮੈ ਸਾਨੂੰ ਕਰਾਏ ਤੇ ਅਸਾਂ ਜੀ ਜਿਹੜਾ ਕੋਈ ਸਮਾਨ-ਸਮਾਨ ਚਾਇਆ ਬਾਤਾ ਸ਼ਦਾ ਚਾਇਆ ਅਸਰ ਟੇਸ਼ਨ ਸਟੇਸ਼ਨ ਤੇ ਗਏ ਟੇਸ਼ਨ ਤੇ ਗਏ ਤੇ ਜਨਾਬ ਹੈਲਾ ਟੈਨ ਨਿਕਲ ਗਈ ਅੱਛਾ ਹੁਣ ਜੀ ਵਾਪਸ ਆ ਵਾਪਸ ਆਇਆ ਤਾਂ ਜਿਹੜਾ ਕੋਈ ਇੱਥੇ ਰਹੰਦਿਆ ਸੀ ਉਹ ਮਾਝੇਰਾ ਆ ਗਏ ਅੱਛਾ ਜਿਹੜੇ ਇੱਥੋਂ ਗਏ ਹੋ ਯਾਨ ਹਾਂ ਹੁਣ ਬਾਈ ਤੂੰ ਇਸ ਪਾਸੇ ਨੇ ਤੂੰ ਉਸ ਪਾਸੇ ਰਹਿ ਉਹ ਆਸਾਂ ਜੀ ਹੁਣ ਉਧਰ ਸਾਡੇ ਪਹਿਲੇ ਤਾਂ ਦਾਣੇ ਕੋਈ ਨਹੀਂ ਹੂੰ ਸਾਡੀ ਉਹ ਬਾਬਾ ਰਾਣਾ ਦੀ ਮਾਂ ਜਿਹੜੇ ਘਰ ਆਲੀ ਆਇਓ ਮਾਈਂ ਘਾਵਾ ਰਹੀ ਹੂੰ ਉਹ ਉਤਮ ਮਾਲ ਸਾਡਾ ਹੀ ਉਤੋਂ ਚਾ ਕੇ ਲਾਇ ਵੇ ਚੱਕ ਚੋ ਸਾਡੇ ਆਵੇ ਅਗੋ ਰਾਜਪਾਤਨਾ ਮੈਨੋ ਮੈਂ ਕਾਫਰਾਂ ਨੂੰ ਮਾਰਨ ਵੈਂਦੀ ਪਈ ਆ ਹੂੰ ਖੋਤੀ ਖੋਤੀ ਤੇ ਅਜੇ ਇਹ ਗੱਲ ਆਖੇ ਹਾਂ ਮੈਂ ਖੋਤੇ ਹੂੰ ਨਾ ਮਾਂ ਮਾਂ ਕਾਫਰਾਂ ਨੂੰ ਮਾਰਨ ਵੈਂਦੀ ਪਈ ਆ ਵੇ ਤੇ ਇਹ ਆਕੇ ਮਾਝ ਮਾਝ ਮਾਰ ਉਹ ਆਕੇ ਸਾਨੂੰ ਜਿਹੜੇ ਨੂੰ ਕੋਈ ਕੱਜ ਕੋਈ ਜੋ ਵੀ ਸਬਜ਼ੀ ਸਬਜ਼ੀ ਜਿਹੜਾ ਮਤਲਬ ਸਬਜ਼ੀ ਕੁਝ ਦਾਲ ਕੋਚਾਲ ਕੋ ਚੀਨੀ ਚੀਨੀ ਜਿਹੜਾ ਸਮਾਨ ਸਮਾਨ ਲੈ ਕੇ ਦੇ। ਮਤਲਬ ਤੁਹਾਡੇ 88 ਚੱਕ ਦੇ ਪੜੋਸਾਂ ਲੈ। ਸਾਡੇ ਜੇ ਘਰ ਤੇ ਨਾਲ ਰਹਿੰਦੀ ਹੈ ਜਿਹੜੇ ਉਹ ਜਦ ਰਾਣਾ ਦੇ ਮੋਟਾ ਜਿਹਾ ਛੋਰ ਹੁੰਦਾ ਹੈ। ਕਰਮਾ ਕਰਮ ਹੁਣ ਜੀ ਸਾਡੇ ਤੇ ਜਾਨ ਤੇ ਲਾਲੇ ਪੈ ਗਏ ਇੱਥੇ ਸਣ ਕੇ ਕਰੋ। ਖਾਣ ਪੈ ਕੁਝ ਨਹੀਂ। ਸਾਰੇ ਹੁਣ ਜਿਹਨੂੰ ਹੋਰ ਹੀ ਕੋਈ ਆ ਗਿਆ ਕਰਨ ਲੱਗੂ ਸਾਰ ਨੂੰ ਕੱਟ ਛੋੜੇ ਕਹਿੰਦੇ ਦੇ ਦਿਓ। ਆਖਵੇਂ ਬੜੀ ਮੁਸ਼ਕਿਲ ਹੋ। ਚਲੋ ਜੀ ਸਾਡਾ ਮਨੋਰ ਲਾਲ ਸਾਡਾ ਵੱਡਾ ਬਰਦਰ ਜੋਹਾਨ ਤਾਂ ਕਦੇ ਆਂ ਦਰਿਆਈ ਲਾਲ ਮਨੋਰ ਲਾਲ ਇਹਨਾਂ ਜੀ ਉਹਦੇ ਦੁਕਾਨ ਤੇ ਉਸੇ ਛਪਾਰੇ ਤੇ ਉਹਦੇ ਰਹਿਣ ਤਲੇ ਦੁਕਾਨ ਆ ਉਹ ਤਾਂ ਜੰਗਲਾ ਲਗੋਇਆ ਆਈ ਉਹ ਜੰਗਲੇ ਨੂੰ ਖੋਲਿਆ ਜੀ ਨਾ ਪਟਿਆ ਵੜਗਾ ਤਲੇ ਦੇਖੇ ਮਕਾਈ ਹੈ ਮਕਾਈ ਤੇ ਛੜੀਆਂ ਭਈਆਂ ਇਹ ਕੁੰਬਟੇ ਬੜੇ ਹੈ ਹਾਂ ਉਹ ਬੋਰੀਆਂ ਦੀ ਬੋਰੀਆਂ ਕੱਢੀਆਂ ਜਾਂਣਾ ਹੂੰ ਸਾਰੇ ਜਿਹੜੇ ਅੰਨਾ ਬਤਾ ਉਹ ਸਾਰਾ ਉਤ ਸਾਰਾ ਉਤਲੇ ਹਨ ਕਈ ਕਈ ਘਰ ਜਮਤਨ ਬਜ਼ਾਰ ਉੱਤੇ ਹਨ ਉਹ ਸਾਰਿਆਂ ਨੂੰ ਬੋਰੀਆਂ ਮੰਡ ਛੋੜੀਆਂ ਪਰ ਮੈਂ ਸਾਰੀ ਮੈਂ 100 200 ਬੋਰੀਆਂ ਜਿੰਨੀ ਸਾਰਿਆਂ ਨੂੰ ਮੰਡ ਖਾਉ ਉਹ ਹੁਣ ਉਹਨੂੰ ਬਟਿਆਂ ਨੂੰ ਤੋੜਿਆ ਤੋੜ ਕੇ ਧਾਣੇ ਬਣਾ ਲੇ ਤਕਰੀਬਨ ਉਹਨਾਂ ਘਰ ਹਰ ਘਰ ਚੱਕੀ ਹੁੰਦੀਆਂ ਹੂੰ ਹੂੰ ਮਤਲਬ ਹਾਂ ਹਾਂ ਤਾਂ ਆਲੀ ਹੁਣ ਉਹਨਾਂ ਨਾਲ ਅਸੀਂ ਉਹ ਪੀਮਣ ਛੁੱਟ ਕਰ ਦਿੱਤਾ ਸਾਰੇ ਮਤਲਬ ਇਹ ਦੁਕਾਨ ਖਾਲੀ ਕਰ ਦਿੱਤੀ ਅਸੀਂ ਅੱਛਾ ਦੁਕਾਨ ਸੀ ਗਾਇਤੀ ਕਰ ਦਿੱਤੀ ਆ ਗਿਆ ਜੀ ਕੋਈ ਉਹਨਾਂ ਦਾ ਬੇਲੀ ਆਈ ਇਹਨਾਂ ਦਾ ਕੋਈ ਤੁਸਕ ਵਾਕਫ ਹੋਏ ਕਣਾ ਉਹ ਤੁਹਾਡੇ ਖਿਲਾਫ ਸ਼ਿਕਾਇਤ ਆ ਗਈ ਤੇ ਇੰਜ ਗੱਲ ਤੋਨੇ ਜੀ ਹੁਣ ਬੜੀ ਮੁਸ਼ਕਲ ਹੋ ਗਈ ਹੁਣ ਤਾਂ ਆਹ ਜਨਾਬ ਲੈ ਚੋਣ ਚੋਣ ਕੇ ਤਾਂ ਇੱਕ ਇੱਕ ਅਸਾਂ ਸੋ ਛੋਟੇ ਛੋਟੇ ਨੇ ਕਿਦਾਂ ਕੋ ਦਾਣੇ ਨੇ ਵੀ ਅਕਸਾ ਨਹੀਂ ਪਿਆ ਕੋ ਭੁੱਟਾ ਤੇ ਨਹੀਂ ਪਿਆ ਭੁੱਟੇ ਛੁੱਟੇ ਸਭ ਸਾਰੇ ਕਾਸ਼ਾ ਕਦਮ ਸਭ ਨੂੰ ਆਗ ਦੇ ਤਾ ਉਤਾਰੀ ਗਲੀ ਦੇ ਵਿੱਚ ਆ ਰਿਹਾ ਜਿਨ੍ਹਾਂ ਨੂੰ ਵੰਡੇ ਆ ਸਭ ਨੂੰ ਤਾਂ ਸਾਰਾ ਆ ਕਰਨਾ ਚਾਹੀਦਾ ਹੂੰ ਫਿਰ ਜੀ ਹਬਤ ਖਾਨ ਨੂੰ ਪਤਾ ਲੱਗਾ ਕਿ ਐ ਨਹੀਂ ਤਾਂ ਭਾਈ है बस खा पिता जी बाहू बोलता है बाहू थोड़ा सारे पता लगा वह आया बाहू असा गहरा से तू सने भेजा मैं इस तरह मैं पता लगा कभी इस तरह टांग वापस आया पता लग गया तू ट्रेन निकल गई हाँ तो अस टांगा शां पता लगा ਉਸਨੇ ਜਨਾਬ ਵਾਲਾ ਬੋਗੀ ਅਲਰਟ ਕਰਾਈ ਉੱਥੇ ਸਟੇਸ਼ਨ ਤੇ ਹੂੰ ਮੋੜੇ ਟਾਂਗਾ ਇੱਕ ਕਾਰ ਹੂੰ ਇਹ ਉਹ ਨਾਲ ਸਾੜੇ ਪੰਜ ਚਾਰ ਸਿਪਾਹੀ ਥਣਦਾਰ ਉਹ ਆਪ ਜਨਾਬ ਵਾਲਾ ਉਹ ਬਤਰੀਜਾ ਸੀ ਹੋਰੀ ਨਾਲ ਉਸਨੂੰ ਮਸਨ ਕੀ ਪਤਾ ਹੈ ਅਸਾ ਦੇ ਨਾਲ ਨਾਲ ਟੁਰਦੇ ਆਂਦੇ ਆ ਸਾਰੇ ਟੁਰਦੇ ਆਂਦੇ ਆ को जो समान समान उसके के बैठा बैठा रेलवे स्टेशन टाइम? तो कभी तो मर गया ही। एक साल पहले मर गया ही। अच्छा। संताली तो पहले मर गया फरीद फरीद लोग अगर बचाया है तो उन्हें हैबत खान बचाया हैबत है खान ਨੇ ਆਪਣੇ ਬੰਦੇ ਲਾ ਕੇ ਔਰ ਪੁਲਿਸ ਲਾ ਕੇ ਜੋ ਵੀ ਹੈ ਖਾਨੇ ਵਾਲ ਦੇ ਚਾਰੋਂ ਤਰਫ ਦਿਨ ਰਾਤ ਘੋੜੀਆਂ ਤੇ ਕਾਰਾਂ ਤੇ ਪਹਿਰਾ ਦਿੰਦੇ ਹਨ ਮੁਮਮਦਨ ਮੁਸਾਈ ਬੁੱਢਣ ਸ਼ਾ ਉਹ ਹਿੰਦੂਆਂ ਦੇ ਖਿਲਾਫ ਆਈ ਬੁੱਢਣ ਸ਼ਾ ਇਹ ਕੋਣ ਆਈ ਇਹ ਕੋਈ ਰਹੀ ਸਹੀ ਬਤਾ ਤਕੜਾ ਬੰਦਾ ਆਦਮੀ ਆ ਉਹ ਉਸਨੇ ਕਈ ਹਮਲੇ ਕਰਾਇਆ ਮੁਸਲਮਾਨ ਹਿੰਦੂਆਂ ਤੇ ਉਸਨੇ ਸਾਰੇ ਕਿਤੇ ਇਹ ਆਪਣਾ ਉਹ ਕਿਹੜਾ ਆਈ ਨਾਈਬਰ 181 ਉਹ ਨਾਲ ਇੱਕ ਜਿਮ ਕਸਬਾ ਜਿਹੜਾ ਨਾ ਉਹ ਮੁਰਾਜ਼ੀਆ ਸੁਲਤਾਨ ਇਹ ਬਹੁਤ ਬਹੁਤ ਕਹਾਉ ਆਈ ਉਹਦੇ ਤੇ ਉਹ ਹਮਲਾ ਕਰਾਇਆ ਉਸਨੇ ਉਸ ਸਾਰੇ ਸਾਰੇ ਉਥੇ ਉਹਨਾਂ ਕਿ ਕਿ ਤਾਈ ਚਾਰੋਂ ਤਰਫ ਆਪਣਾ ਵਿੱਚ ਅਗ ਲਾ ਲੰਤੀ ਔਰ ਉਤੇ ਬਹਿ ਗਏ ਉਹਨਾਂ ਔਰਤਾਂ ਨੂੰ ਆਹ ਦਿੱਤਾ ਕਿ ਤੁਸੀਂ ਅਸਾਂ ਮਰ ਜਾਓ ਤਾਂ ਤੁਸੀਂ ਇਹਦੇ ਚ ਆਪਣਾ ਸਾਲਾ ਮਾਰ ਦੇ ਲਿਆ ਹੂੰ ਹੁਣ ਪਹਿਲੇ ਦਵਾ 5000 ਦਾ ਬਲਵਾ ਆਇਆ ਉਹ ਆਪਣਾ ਇਹਨਾਂ ਹਮਲਾ ਰਿਟਰਨ ਕਰ ਦਿੱਤਾ ਹੂੰ ਬਜਾ ਦਿੱਤਾ ਮਾਰ ਕੇ ਫਿਰ ਉਹ 10000 ਦਾ ਆ ਗਿਆ ਉਹਨਾਂ ਨੇ ਹਮਲਾ ਕੀਤਾ ਤੇ ਉਹਨਾਂ ਔਰਤਾਂ ਨੇ ਅਗਰ ਤਲਾਰ ਲਾਰ ਲਾਰ ਕੀ ਆਈ ਹੂੰ ਹੂੰ ਉਹ ਜਨਾਬ ਹੈਲਾ ਕੀ ਕੀਤਾ ਜਿਹੜੇ ਸਾਰੇ ਬੰਦੇ ਮਰ ਗਏ ਉਹ ਔਰਤਾਂ ਨੂੰ ਜਿਹੜੇ ਨੌਜਵਾਨ ਔਰਤਾਂ ਲੜਕੀਆਂ ਨੂੰ ਉਹ ਚਾੱਕ ਕੇ ਲੈ ਗਏ ਕਈ ਕਈਆਂ ਨੂੰ ਨੇ ਛਾਲਾ ਮਾਰ ਲਈਆਂ ਕਈਆਂ ਨੇ ਨਹੀਂ ਮਾਰੀਆਂ ਉਹਨੇ ਪਿੱਛੇ ਰਹਿ ਗਏ ਅੱਗੇ ਰਹਿ ਗਏ ਹਾਂਜੀ ਇਸ ਇਸ ਤਰ੍ਹਾਂ ਉਹਨਾ ਇਸ ਕੀ ਦਰਦ ਕੀ ਸਾਡੀ ਜਿਹੜੀ ਟ੍ਰੇਨ ਆਏ ਨਾ ਕੱਟੀ ਲੋਡਿੰਗ ਲੋਡਿੰਗ ਆਈ ਛੋਟੀ ਛੋਟੀ ਗੰਦੀਵਾਰ ਹੁੰਦੀ ਨਾ ਛੋਟੀ ਅਸਾਂ ਜਿਹਨੇ ਖੇਡਣ ਲੱਗਾ ਸੀ ਖੇਡਣ ਲੱਗੇ ਚਾਚੇ ਤੇ ਛੋਰਾਂ ਦੋ ਦੋ ਮੈਂ ਸਾਡਾ ਬੰਦ ਆ ਜੇ ਖੇਡ ਖੇਡਦੇ ਬੰਦੇ ਉਹ ਇਤਨੇ ਉਹਦੇ ਇਤਨੇ ਲੱਗਾ ਉਤੋਂ ਲੰਬੀ ਵੱਡੀ ਆ ਵੱਡੀ ਸਾਰਾ ਫਿਰ ਜਿਹ ਲੋਕ ਸਾਨੂੰ ਜੀ ਸਾਨੂੰ ਬਿਠਾ ਲੋ ਜੀ ਸਾਨੂੰ ਬਿਠਾ ਲੋ ਜੀ ਨੰਬਰਦਾਰ ਜੀ ਚੌਧਰੀ ਜੀ ਲਾਜਮਾ ਜੀ ਚੌਧਰੀ ਭਜ ਪਿਤਾ ਜੀ ਚਾਚਾ ਜੀ ਚਾਚਾ ਜੀ ਸਾਡਾ 400 ਲੀਟਰ ਆ 400 ਜਿਹੜੇ ਬੋਗੀ ਬੱਕਰ ਆਈ ਨੋਦੀ ਘਾਉਸਦੇ ਆ ਮਤਲਬ ਖੁੱਲੀ ਆਲੀ ਆਈ ਖੁੱਲੀ ਆ ਰਹੀ ਆਈ जी माल, हाँ, माल, माल हाँ। गई कि इतने लोग आ गए सारे दिन इतने इतने आए ना सारे बिस्तरे शितरे सारे सामान भरी गए उड़े नाल लग के इतने बंदे उत्ते आ गए हम जो पेशाब टाइम करनी है तो औरत गल बात है ਤੋ ਆਪਣਾ ਕੋਈ ਕਪੜਾ ਇਨਕਾਰ ਕਰਕੇ ਤੇ ਇਤਬਾਕ ਕੇ ਪਿੱਛੋਂ ਤਲੇ ਹਮ ਇਸ ਤਨਾ ਜਦ ਰੈਂਟ ਕਮਰੇ ਪਹੁੰਚੇ ਹਨ ਖਾਣੇ ਵਾਲ ਤੋਂ ਰੈਂਟ ਕਮਰੇ ਪਹੁੰਚੇ ਹਮ ਰੈਂਟ ਕਮਰੇ ਮੈਂ ਫਿਰ ਅਸਲਾਹੌਰ ਛਾਂਣੀ ਆਏ ਹਮ ਰੈਂਟ ਕਮਰੇ ਪਹੁੰਚੇ ਤੇ ਜਨਾਬ ਐਨਾ ਉਤੋਂ ਨਾ ਪੱਟੇ ਦੁਕਾਨ ਗਾਲੀਆਂ ਜੱਟਾ ਜਿਤਨਾ ਲੀਡਰ ਆਦਮੀ ਆਈਏ ਇਹ ਤਾਂ ਹਰਾਮ ਦਾ ਭੈਂਜੇ ਹਮ ਕਰਨ ਲੱਗਿਆ ਉਹ ਤਾਂ ਬਹਿਨ ਚ ਧਾਰ ਦੀ ਧਾਰ ਤਾਂ ਲੈ ਲੈ ਹੈ। ਉਹ ਉਤੇ ਆਈ ਨਾ ਪੁਲ ਬਣੀ ਹੋਈ ਨਾ ਤੂੰ ਨਹੀਂ। ਰੇਲਵੇ ਲੰਦੂ ਤੇ ਪੁਲ ਨਹੀਂ ਹੁੰਦੀ। ਹੂੰ ਹੂੰ। ਜੇ ਤੂੰ ਬੰਦੇ ਟੁਰ ਕੇ ਲਾਂਦੇ ਨਹੀਂ ਨਾ। ਠੀਕ ਠੀਕ। ਉਹ ਜੇ। ਇਤਨਾ ਤੁਹਾਡੀ ਗੱਡੀ ਚੱਲ ਪਈ। ਸ਼ੁਕਰ ਹੈ ਬਚ ਗਏ ਨਹੀਂ ਤਾਂ ਸਾਡਾ ਹਾਲ ਉੱਥੇ। ਫਿਰ ਜੇ ਅਸਾਂ ਲਾਹੌਰ ਛਾਣੀ ਪਹੁੰਚੇ। ਲਾਹੌਰ ਛਾਣੀ ਪਹੁੰਚੇ ਤੇ ਜਨਾਬ ਅੱਲਾ। ਆਪਣਾ ਪਾਣੀ ਛਾਣੀ ਭਾਈ ਪਾਣੀ ਵੰਡ ਪਾ ਰਹੇ ਨੇ ਲੱਥੇ ਲੱਗੇ ਭਾਈ ਪਾ ਰਹੇ ਉਹ ਤਾਂ ਸਾਹਮਣੇ ਤੇ ਇਹਨਾਂ ਦੀ ਮਿਲਟਰੀ ਆਈ ਮੁਸਲਮਾਨ ਦੇ ਭੰ ਹਮ ਉਹਨਾਂ ਫਾਇਰਿੰਗ ਸ਼ੁਰੂ ਕਰ ਦਿੱਤੀ ਹਮ ਤੋ ਸਾਡੀ ਮਿਲਟਰੀ ਤੋਂ ਆਜ਼ਰ ਪੰਚ ਦਾ ਬੰਦੇ ਹੁਸੈਨ ਜਕਰ ਨਾਂ ਇਹਨਾਂ ਹਾੜ ਬੜਾ ਬੜਾ ਹਾੜ ਅੰਧਾ ਅੰਧਾ ਅੰਧਰ 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 ਬੜਾ ਅੰਧਰ ਬੜਾ ਉਹ ਸਦਾ ਪਾਣੀ ਟੁੱਟੀਆਂ ਹੁੰਦੀਆਂ ਨੇ ਉੱਤੇ ਲੱਗੀਆਂ ਨੇ ਉਹਦੇ ਪਾਣੀ ਨੂੰ ਲਵਣ ਗਿਆ ਕੋਈ ਘਰ ਕੋਈ ਪਾਣੀ ਤੇ ਕੋਈ ਨਹੀਂ वो पानी लवन गया जो कोई कल सबू अंदर कट दिता तो ओना फिर इन्ना ही सटेन करना उ कस लिया है साढ़े लिया हाँ उन्हें फायरिंग नहीं रिटर्न फायरिंग कर दिन। मेले दी शाम वे जरा वाले डीसी आ गया डीसी आया हाँ जी कोई बात नहीं कोई मैंने ठीक है कहीं गाड़ी आगे नहीं जाएगी जी चंगा जी नहीं ਟਰੱਕ ਭੇਜ ਰਹਾ ਤੁਹਾਰੇ ਲਈ ਟਰੱਕ ਡੀਵੇ ਹਾਈ ਸਕੂਲ ਕਾਲਜ ਡੀਵੀ ਕਾਲਜ ਲਾਹੌਰ ਉਹਦੇ ਸਾਨੂੰ ਉਤਸਾਰੇ ਉਹ ਟ੍ਰੇਨ ਜਿਹੜੀ ਹੈ ਨਾ ਟਰੱਕ ਆ ਗਿਆ ਉਹਦੇ ਸਾਰਾ ਸਮਾਨ ਕੋਈ ਸਮਾਨ ਅੱਧਾ ਰਹਿ ਗਿਆ ਕਿਦਾਂ ਰਹਿ ਗਿਆ ਉਸ ਤੋਂ ਬਾਦ ਉਹ ਕਾਲਜ ਗਿਆ ਤੇ ਕਿੱਥੇ ਹੈ ਡੀਵੀ ਕਾਲਜ ਲਾਹੌਰ ਹਾਂ ਉਹ ਇਹ ਤੋਂ ਟ੍ਰੇਨ ਤੋਂ ਉੱਥੇ ਉੱਥੇ ਲਾ ਗਿਆ ਸਾਨੂੰ ਟ੍ਰੇਨ ਤੋਂ ਕਹਿੰਤੋਂ ਸਟੇਸ਼ਨ ਤੋਂ ਤੁਸੀਂ ਟਰੱਕਾਂ ਤੇ ਆਪਣੇ ਡੀਏਵੀ ਕਾਲਜ ਪਹੁੰਚ ਗਏ। ਉੱਥੇ ਕਿਤਨੇ ਦਿਨ ਰਹਿ? ਉੱਥੇ ਮੈਨੂੰ 2 ਦਿਨ ਰਹਿ ਉਸੋਂ। ਅੱਛਾ ਫੇਰ। ਫੇਰ ਉੱਥੋਂ ਦਾ ਟਰੱਕਾਂ ਤੇ ਫੇਰ ਅਸਾਂ ਆਏ ਅੰਮ੍ਰਿਤਸਰ। 82 ਬਾਟ ਉੱਥੋਂ ਤਾਂ 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 ਹਨਾਉਂ ਉੱਥੋਂ ਦਾ ਮਜ਼ੇਦਾਰ ਇਹ ਕਾਲ ਹੈ। ਹੁਣ ਧਰਮਵੀ ਰਣਜੀਤ ਮੈਂ ਅਸਾਂ। ਅਸਾਂ ਤਾਂ ਖੇਡਦੇ ਬਥੇ। ਬਾਹਰ ਅੰਦਰ ਮੈਂ ਅੰਦਰ ਕਿੱਥੇ ਕਿੱਦੇ ਹੁਣ ਸਾਨੂੰ ਫਲੈਸ਼ ਲਾਈਟਿੰਗ ਦਾ ਕੀ ਪਤਾ? ਅਸਾਂ ਤਾਂ ਫਲੈਸ਼ ਲਾਈਟਿੰਗ ਵੇਖੀ ਕੋਈ ਨਹੀਂ। ਹੂੰ। ਤੇ ਜੇ ਵੇਖ ਕੇ ਬਈ ਕਿੰਨਾ ਕਾ ਆਪਣਾ ਦੇਖਿਆ ਬਈ ਇੱਕੇ ਹੀ ਬੁਲਾएंगे ਇੱਤਲੇ ਕੇ ਦੁੱਤੇ ਕੇ ਮੈਂ ਉਹਦੇ ਜੜਾ ਆਪਣਾ ਇੱਕ ਤੇ ਉਹਦੀ ਕਾਂਡ ਤੇ ਚੜ ਕੇ ਇਹ ਕੋਡਾ ਕਰਾਇਆ ਨਾ ਕੋਡਾ ਕਰਾ ਕੇ ਉਹਦੇ ਚੜ ਉਹਦੇ ਚੜ ਕੇ ਮੈਂ ਚੜਾ ਜਾ ਉਹ ਚੜਾ ਜਾ ਕੋਈ ਚੜਾ ਜਾ ਆਜ਼ਾਦ ਜਨਾਬ ਉਹ ਤਨਜ਼ੀਰ ਤੇ ਖਿੱਚਿਆ ਜਾ ਅੱਛਾ ਉਹ ਫਲਸ਼ ਆ ਲਈ ਦੇ ਨੀਰ ਕੀ ਚੀਜ਼ ਆ ਉਹ ਤਾਂ ਪਾਣੀ ਜਿਹੜਾ ਨਾ ਇੱਕ ਪਾਣੀ ਆ ਬਰ ਪਾਣੀ ਆਇਆ ਤੇ ਕਰੇ ਕਿ ਭਕੇ ਬਲਾ ਹੋ ਗਈ ਬਾਜ ਗਿਆ ਆ ਬਪਾ ਜੀ ਬਿਰਸਾਨ ਨੂੰ ਕੀ ਪਤਾ ਉਹ ਤਾਂ ਬਰੂ ਕਾਮਾ ਚ ਟਟੀਆਂ ਬਾਹਰ ਕਾ ਨਾ ਹਾਂ ਹਾਂ ਦੇ ਵਾ ਪਾਣੀ ਤੇ ਝੋਟ ਝਰ ਬਜੇ ਮੈਂ ਮੋੜਾ ਮੁੱਠਿਓ ਹਏ ਦੂਜੀ ਦਵਾ ਤੇ ਫਿਰ ਉੱਥੇ ਆਏ ਇੱਥੇ ਕਿਨਾਂ ਸੇ ਜਨਨ ਅੰਮ੍ਰਿਤਸਰ ਅੰਮ੍ਰਿਤਸਰ ਆਏ ਰੋਟੀਆਂ ਖਾਓ ਰੋਟੀਆਂ ਖਾਓ ਲੰਗਰ ਸੰਗ ਹਾਏ ਇਹ ਸ਼ੁਕਰ ਓਏ ਬੱਤ ਪਹੁੰਚ ਗਏ ਓਏ ਸ਼ੁਕਰ ਹੈ ਬਸ ਸ਼ੁਕਰ ਹੈ ਪਹੁੰਚ ਗਏ ਸ਼ੁਕਰ ਹੈ ਪਹੁੰਚ ਗਏ ਬਸ ਬਚ ਗਏ ਹੋਣ ਬੱਦਿਆਂ ਕੁਸ਼ੇਤਰ ਦਾ ਹੈ ਹਾਂ ਆ ਨਾ ਉਸ ਤੋਂ ਬਾਅਦ ਤੋਂ ਉਸ ਤੋਂ ਬਾਅਦ ਫੇਰ ਆ ਜਲੰਧਰ ਆਏ ਜਲੰਧਰ ਆਏ ਦਾਦੀ ਸਾਡੀ ਪੂਰੀ ਹੋ ਗਈ ਜਲੰਧਰ ਮੋੜ ਪਤਨੀ ਕਿੱਥੇ ਰਹਿ ਇੱਕ ਦੋ ਇੱਕ ਦੋ ਚਾਰ ਡਾੜ ਉੱਥੇ ਰਹਿ ਫੇਰ ਕੁਸ਼ੇਤਰ ਆ ਕੁਸ਼ੇਤਰ ਜੀ ਜਨਾਬ ਹੈ ਲੈ ਇੱਕ ਟੈਂਟ ਤੇ ਜੇ ਚਾਰ ਫੈਮਲੀਆ ਚ ਉੱਥੇ ਇੱਕ ਟੈਂਟ ਬਹੁਤ ਹੈ ਤੇ ਇਧਨੀ ਤੇ ਇਧਨੀ ਤਾਰ ਤੇ ਇਧਨੀ ਤਾਰ ਦੇ ਦਿੱਤੀ ਬਸ ਸਾਰੇ ਉੱਤੇ ਤੱਲੇ ਆ ਮਮਾ ਛੋਟੇ ਬਾਲਾ ਸੇ ਕਿਉਂ ਕਿਉਂ